ਹੋਟਲ ਮੈਨੇਜਮੈਂਟ ਆਪਾਂ ਕਰ ਲਈ ਉਸ ਤੋਂ ਬਾਅਦ ਜਦੋਂ ਜੌਬ ਲੱਭਣ ਗਏ ਤਾਂ ਕਿਸੇ ਨੇ ਸਾਨੂੰ ਕੁਰਸੀ ਵਾਲੀ ਜੌਬ ਤਾਂ ਕੀਤੀ ਸਾਨੂੰ ਝਾੜੂ ਮਾਰਨ ਦੀ ਜੌਬ ਨਹੀਂ ਦਿੱਤੀ ਇੱਕ ਦਿਨ ਦੋ ਦਿਨ ਤਿੰਨ ਦਿਨ ਨਿਕਲ ਗਏ ਲੇਕਿਨ ਮੈਨੂੰ ਪਤਾ ਨਹੀਂ ਲੱਗਿਆ 27 ਦਿਨ ਕਿਵੇਂ ਹੋ ਗਏ 27 ਦਿਨ ਮੈਂ ਜ਼ਮੀਨ ਤੇ ਹੀ ਸੁੱਤਾ ਰਹਾ ਉਹਨੇ ਨੇ ਆਪਣੇ ਕੰਮ ਕਰਾਇਆ ਫਿਲਮ ਕਰਾਈ ਉਸ ਤੋਂ ਬਾਅਦ ਉਹਨੇ ਕਿਹਾ ਕਿ ਹੁਣ ਤੁਸੀਂ ਜਿੱਦਾਂ ਹੀ ਮੈਂ ਸੋਇਆ ਤੇ ਮੈਨੂੰ ਨਹੀਂ ਪਤਾ ਲੱਗਿਆ ਸਵੇਰ ਕਦੋਂ ਆਰਗੇਨਾਈਜ਼ਰ ਦਾ ਫੋਨ ਆਇਆ ਭਾਜੀ ਕਿੱਥੇ ਹੋ ਹੁਣ ਮੈਂ ਉਹਨੂੰ ਕੀ ਦੱਸਾਂ ਕਿ ਮੈਂ ਉੱਥੇ ਜਾ ਕੇ ਕਹਿੰਦਾ ਯਾਰ ਬਹੁਤ ਸੋਹਣੀ ਤੁਹਾਡੀ ਹਾਈਟ ਹੈ ਬਹੁਤ ਸੋਹਣਾ ਤੁਹਾਡਾ ਮਤਲਬ ਵੇਸ ਸਾਈਜ਼ ਤੁਹਾਡਾ ਓਕੇ ਹੈ ਡਨ ਬਟ ਆ ਵਾਂਟ ਟੂ ਸੀ ਯੂਰ ਥਾਈਸ ਕਹਿੰਦਾ ਥਾਈਸ ਤਾਂ ਓਕੇ ਹੈ ਬਟ ਡਾਊਟ ਅੰਡਰਵੇਅਰ ਜੇ ਤੁਸੀਂ ਦਿਖਾ ਦਿਓ ਇੱਕ ਵਾਰ ਉਸ ਤੋਂ ਬਾਅਦ ਜਿਹੜੀ ਚੀਜ਼ ਅੱਜ ਮੇਰੇ ਨਾਲ ਹੋਈ ਹੈ ਸੋ ਇੱਕ ਛੋਟੇ ਜਿਹੇ ਪਿੰਡ ਤੋਂ ਮਹਾਨਗਰੀ ਮੁੰਬਈ ਦੇ ਵਿੱਚ ਜਾਣਾ ਕਿੰਨਾ ਕ ਸੌਖਾ ਸੀ ਕਿੰਨਾ ਕੌਖਾ ਸੀ ਸੇਮ ਉਦਾਂ ਹੀ ਹੈ ਜਿਵੇਂ ਇੱਕ ਛੋਟੇ ਬੱਚੇ ਲਈ ਚੰਨ ਤੇ ਪਹੁੰਚਣਾ ਇੱਕ ਇਹ ਸਫਰ ਇਨਾ ਆਸਾਨ ਨਹੀਂ ਸੀ ਮੁੰਬਈ ਜਾ ਕੇ ਹੋਇਆ ਕੀ ਜੇਬ ਚ ਪੈਸੇ ਨਹੀਂ ਰਹਿਣ ਨੂੰ ਜਗ੍ਹਾ ਨਹੀਂ ਸੇਮ ਦਿੱਲੀ ਕਿਉਂਕਿ ਸੁਪਨੇ ਬਹੁਤ ਵੱਡੇ ਸੀ ਤੇ ਸੁਪਨਿਆਂ ਦੀ ਕੋਈ ਲਿਮਟ ਨਹੀਂ ਹੈ ਤੇ ਸਾਡੇ ਪੈਰਾਂ ਦੀ ਵੀ ਕੋਈ ਲਿਮਟ ਨਹੀਂ ਹੈ ਪੈਰ ਚੱਲਦੇ ਚੱਲਦੇ ਮੁੰਬਈ ਤੋਂ ਹੁਣ ਦਿੱਲੀ ਆ ਗਏ ਨੇ ਦਿੱਲੀ ਜਾ ਕੇ ਕੀ ਹੋਇਆ ਇੱਕ ਏਦਾਂ ਦਾ ਡਿਜ਼ਾਈਨਰ ਮਿਲਿਆ ਜਿਹਨੇ ਮੈਨੂੰ ਕਿਹਾ ਕਿ ਜੇ ਤੁਹਾਨੂੰ ਸ਼ੋਅ ਕਰਨਾ ਹੈ ਤਾਂ ਫਿਰ ਤੁਹਾਨੂੰ ਮੇਰੇ ਨਾਲ ਹੋਟਲ ਜਾਣਾ ਪਏਗਾ ਸੇਮ ਚੰਡੀਗੜ੍ਹ ਚੰਡੀਗੜ੍ਹ ਆਣ ਤੱਕ ਮੈਨੂੰ ਕੰਮ ਮਿਲਣਾ ਸਟਾਰਟ ਹੋ ਗਿਆ ਸੀ ਲੇਕਿਨ ਉਸ ਤੋਂ ਬਾਅਦ ਕਿਸੇ ਬੰਦੇ ਨੇ ਕੰਮ ਤੇ ਬੁਲਾ ਲਿਆ ਲੇਕਿਨ ਰਹਿਣ ਦੀ ਥਾਂ ਨਹੀਂ ਸੀਗੀ ਜਿਹੜੇ ਵੈਨਿਊ ਦੇ ਵਿੱਚ ਮੇਰਾ ਸ਼ੋਅ ਸੀ ਉਹਦੇ ਵੈਨਿਊ ਦੇ ਬੇਸਮੈਂਟ 'ਚ ਪੂਰੀ ਰਾਤ ਕੱਟੀ। ਉਸੇ ਗੰਦੇ ਕਪੜਿਆਂ ਦੇ ਨਾਲ ਸਵੇਰੇ ਮੂੰਹ ਧੋ ਕੇ ਸ਼ੋਅ ਕੀਤਾ। ਮੇਰਾ ਨਾਮ ਆਸ਼ੂ ਵਰਮਾ ਤੇ ਮੈਂ ਇੱਕ ਛੋਟੇ ਜਿਹੇ ਪਿੰਡ ਤੋਂ ਬਿਲੋਂਗ ਕਰਦਾ। ਜਿਹੜੇ ਪਿੰਡ ਤੋਂ ਮੈਂ ਆਇਆ ਇੱਕ ਹਰਿਆਣੇ ਦਾ ਇੱਕ ਮੁਸਤਫਾਬਾਤ ਜਿਹੜਾ ਅੱਜ ਦੀ ਡੇਟ ਦੇ ਵਿੱਚ ਸਰਸਵਤੀ ਨਗਰ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਬਹੁਤ ਪਿਆਰੇ ਲੋਕ ਨੇ, ਇੰਨੇ ਪਿਆਰੇ ਨੇ ਕਿ 5 ਸਾਲ ਦੀ ਜਰਨੀ ਦੇ ਵਿੱਚ ਇੱਕ ਵਾਰ ਵੀ ਕਿਸੇ ਨੇ ਮੈਨੂੰ ਸਪੋਰਟ ਨਹੀਂ ਕੀਤਾ। 1990 ਸਾਲ ਦੇ ਵਿੱਚ ਇੱਕ ਬੱਚੇ ਨੇ ਜਨਮ ਲਿਆ। ਜਨਮ ਲੈਂਦੇ ਹੀ ਉਹਨੂੰ ਪੀਲੀਆ ਹੋ ਗਿਆ। ਘਰ ਦੇ ਉੱਤੇ ਟੈਨਸ਼ਨ ਵੱਧ 2 ਸਾਲ ਬਾਅਦ ਉਹਨੂੰ ਫੀਵਰ ਹੋ ਗਿਆ ਫੀਵਰ ਇੰਨਾ ਜ਼ਿਆਦਾ ਵੱਧ ਗਿਆ ਕਿ ਡਾਕਟਰਾਂ ਨੇ ਕਹਿਤਾ ਕਿ ਸਾਡੇ ਕੋਲ ਇਲਾਜ ਨਹੀਂ ਹੋਣਾ ਉਸ ਟਾਈਮ ਮੇਰੀ ਮਾਂ ਨੇ ਆਪਣੇ ਗਹਿਣੇ ਨਹੀਂ ਸੋਚੇ ਆਪਣਾ ਜੇਵਰ ਨਹੀਂ ਸੋਚਿਆ ਆਪਣਾ ਸੇਵਿੰਗ ਨਹੀਂ ਸੋਚੀ ਉਹਨਾਂ ਨੇ ਸਿਰਫ ਸੋਚਿਆ ਕਿ ਮੇਰਾ ਬੱਚਾ ਬਚਣਾ ਚਾਹੀਦਾ ਹੈ ਉਹਨਾਂ ਨੇ ਆਪਣੀ ਸਾਰੇ ਗਹਿਣੇ ਵੇਚਤੇ 25000 ਲਾ ਕੇ ਮੈਨੂੰ ਅੱਜ ਇਸ ਮੁਕਾਮ ਤੇ ਖੜਨ ਲਾਇਕ ਬਣਾਇਆ ਤੇ ਉਸ ਤੋਂ ਬਾਅਦ ਇਹ ਸਫਰ ਇਦਾਂ ਹੀ ਚੱਲਦਾ ਰਿਹਾ 5 ਸਾਲ ਬਾਅਦ ਮੇਰੀ ਲੱਤ ਟੁੱਟ ਗਈ ਘਰੇ ਬੈਠੇ ਬੈਠੇ ਲੱਤ ਟੁੱਟ ਗਈ ਤੇ ਉਸ ਤੋਂ ਫਿਰ 6 ਸਾਲ ਬਾਅਦ ਮੇਰੇ ਪੈਰ ਤੇ ਬਸ ਚੜ ਗਈ ਇਸ ਤੋਂ ਬਾਅਦ ਜਿਹੜਾ ਟਰਨਿੰ ਜਦੋਂ ਮੈਂ ਹੋਟਲ ਮੈਨੇਜਮੈਂਟ ਕਰ ਲਈ ਹੋਟਲ ਮੈਨੇਜਮੈਂਟ ਦੇ ਵਿੱਚ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਜਿਹੜਾ ਹੋਟਲ ਮੈਨੇਜਮੈਂਟ ਕੰਪਲੀਟ ਕਰਨ ਤੋਂ ਬਾਅਦ ਸਾਨੂੰ ਚੇਅਰ ਜੌਬ ਮਿਲੇਗੀ ਸਾਨੂੰ ਮੈਨੇਜਰ ਦੀ ਜੌਬ ਮਿਲੇਗੀ ਤੇ ਹੋਇਆ ਉਹਦੇ ਬਿਲਕੁਲ ਅਪੋਜ਼ਿਟ ਜਦੋਂ ਹੋਟਲ ਮੈਨੇਜਮੈਂਟ ਆਪਾਂ ਕਰ ਲਈ ਉਸ ਤੋਂ ਬਾਅਦ ਜਦੋਂ ਜੌਬ ਲੱਭਣਗੇ ਤਾਂ ਕਿਸੇ ਨੇ ਸਾਨੂੰ ਕੁਰਸੀ ਵਾਲੀ ਜੌਬ ਤਾਂ ਕੀਤੀ ਸਾਨੂੰ ਝਾੜੂ ਮਾਰਨ ਦੀ ਜੌਬ ਹੀ ਦਿੱਤੀ ਉਸ ਤੋਂ ਬਾਅਦ ਪੰਚਕੁਲਾ ਦੇ ਵਿੱਚ ਇੱਕ ਛੋਟੇ ਜਿਹੇ ਹੋਟਲ ਦੇ ਵਿੱਚ ਜੌਬ ਮਿਲੀ ਜਿੱਥੇ ਸਾਡੀ ਸੈਲਰੀ ਸੀ 3000 ਰੁਪਏ ਇਹ ਗੱਲ ਹੈ 2012 ਦੀ ਤੇ ਨਾਲ ਹੀ ਕਿਸੇ ਨੇ ਇਹ ਕਹਿਤਾ ਕਿ ਝਾੜੂ ਪ ਉਹ ਵੀ ਆਪਣੇ ਸ਼ਹਿਰ ਦੇ ਵਿੱਚ ਮਤਲਬ ਸਾਡਾ ਆਪਣਾ ਲੋਕਲ ਪੰਚਕੁਲਾ ਸ਼ਹਿਰ ਲੋਕਲ ਇੱਥੇ ਸਾਰੇ ਜਾਣਦੇ ਆ ਇਹ ਡਰ ਰਹਿੰਦਾ ਸੀ ਕਿ ਸ਼ਾਇਦ ਕੋਈ ਮੇਰਾ ਰਿਸ਼ਤੇਦਾਰ ਇਸ ਹੋਟਲ ਚ ਨਾ ਆ ਜੇ ਤੇ ਸਾਨੂੰ ਜੋਬ ਜਿਹੜੀ ਮਿਲੀ ਉਹ ਸਭ ਤੋਂ ਪਹਿਲਾਂ ਮਿਲੀ ਸਵੀਪਰ ਦੀ ਤੇ ਆਪਾਂ ਉਹ ਝਾੜੂ ਵਾਲਾ ਜਿਹੜਾ ਡੰਡਾ ਹੁੰਦਾ ਉਹਨੂੰ ਲੈ ਕੇ ਹੋਟਲ ਦੇ ਅੰਦਰ ਐਂਟਰੀ ਨਹੀਂ ਮਿਲੀ ਹਲੇ ਤੱਕ ਹੋਟਲ ਦੇ ਬਾਹਰ ਆਪਾਂ ਝਾੜੂ ਮਾਰਦੇ ਸੀ ਤੇ ਮਾਸਕ ਉਸ ਟਾਈਮ ਕਰੋਨਾ ਨਹੀਂ ਸੀ ਪਰ ਸਾਡੇ ਲਈ ਉਸ ਟਾਈਮ ਕਰੋਨਾ ਹੀ ਸੀ ਕਿਉਂਕਿ ਆਪਾਂ ਮਾਸਕ ਲਾ ਕੇ ਰੱਖਦੇ ਸੀ ਕਿ ਸਾਡੀ ਪਛਾਣ ਜਿਹੜੀ ਹੈ ਉਹ ਕਿਸੇ ਨੂੰ ਪਤਾ ਨਾ ਲੱਗੇ ਉੱਥੇ ਮਤਲਬ ਉਹ ਟਰਨਿੰਗ ਪੁਆਇੰਟ ਕੀ ਆਇਆ ਲਾਈਵ ਦੇ ਵਿੱਚ ਉੱਥੇ ਜਦੋਂ ਮਾਡਲਸ ਆਉਂਦੇ ਸੀ ਹੋਟਲਾਂ ਦੇ ਵਿੱਚ ਬੜੇ-ਬੜੇ ਸੈਲੀਬ੍ਰਿਟੀਜ਼ ਆਉਂਦੇ ਸੀ ਤਾਂ ਮੇਰਾ ਵਰਕ ਲਈ ਜਿਹੜਾ ਮੇਰਾ ਪੈਸ਼ਨ ਸੀ ਉਹ ਪ੍ਰੋਪਰ ਸੀ ਕਿ ਮੈਂ ਜਿਹੜਾ ਕੰਮ ਕਰ ਰਿਹਾ ਉਹਨੂੰ ਮੈਂ 100% ਕਰਾਂ ਤੇ ਜਦੋਂ ਉੱਥੇ ਸੈਲੀਬ੍ਰਿਟੀਜ਼ ਆਣੇ ਐਕਟਰਸ ਆਣੇ ਹੀਰੋਇਨਾਂ ਆਣੀ ਤਾਂ ਮੇਰੇ ਜਿਹੜੇ ਮੈਨੇਜਰ ਸੀ ਉਹਨਾਂ ਨੇ ਮੇਰੀ ਜੋ ਮੇਰੀ ਡਿਊਟੀ ਲਾਣੀ ਕਿ ਮੈਂ ਇਹਨਾਂ ਦੀ ਟੇਕ ਕੇਅਰ ਕਰਨੀ ਹੈ ਉੱਥੇ ਤੇ ਉਹਨਾਂ ਨੇ ਮੈਨੂੰ ਕੰਪਲੀਮੈਂਟ ਦੇਣਾ ਕਿ ਯਾਰ ਭਾਜੀ ਤੁਹਾਡੀ ਹਾਈਟ ਵਧੀਆ ਹੈ ਤੁਸੀਂ ਦੇਖਣ 'ਚ ਸੋਹਣੇ ਹੋ ਤੁਸੀਂ ਮਤਲਬ ਕਿਉਂ ਤੇ ਉੱਥੇ ਇੱਕ ਤਾਂ ਪਹਿਲਾਂ ਹੀ ਜੌਬ ਕਰਨ ਦਾ ਮਨ ਨਹੀਂ ਸੀ ਉਪਰੋਂ ਕਿਸੇ ਨੇ ਇਹ ਕਹਿਤਾ ਕਿ ਤੁਸੀਂ ਸੋਹਣੇ ਹੋ ਤਾਂ ਉਹ ਫਿਰ ਡਬਲ ਸਪਾਰਕ ਹੋ ਗਿਆ ਜਿਵੇਂ ਕਿ ਹੁਣਾਂ ਨੇ ਕਿ ਅੱਗ ਨੂੰ ਜਲਣ ਲਈ ਕਿਚੰਗਾਰੀ ਦੀ ਲੋੜ ਹੁੰਦੀ ਹੈ ਉਹ ਚਿੰਗਾਰੀ ਜਲ ਗਈ ਉੱਥੋਂ 2014 ਦੇ ਵਿੱਚ ਤੇ 2014 ਦੇ ਵਿੱਚ 3000 ਸੈਲਰੀ ਦੇ ਵਿੱਚ ਕਿਹੜਾ ਬੰਦਾ ਮਾਡਲਿੰਗ ਕਰੇਗਾ ਮੈਨੂੰ ਤਾਂ ਸਮਝ ਨਹੀਂ ਆਇਆ ਜਦੋਂ ਮੈਂ ਟਰਾਈ ਕੀਤਾ ਮਾਰਕੀਟ ਦੇ ਵਿੱਚ ਜਾ ਕੇ ਕਿ ਮਾਡਲਿੰਗ ਹੁੰਦੀ ਕੀ ਹੈ ਕਿੰਨੇ ਪੈਸੇ ਲੱਗਣਗੇ ਮਾਡਲਿੰਗ ਦੇ ਵਿੱਚ ਤਾਂ ਮੈਨੂੰ ਪਤਾ ਲੱਗਿਆ ਕਿ ਸਟਾਰਟਿੰਗ ਜਿਹੜਾ ਹੈਗਾ ਉਹ ਪੋਰਟਫੋਲੀਓ ਕਰਾਣਾ ਪੈਣਾ ਸਭ ਤੋਂ ਪਹਿਲਾਂ ਤੇ ਪੋਰਟਫੋਲੀਓ ਦੀ ਜਿਹੜੀ ਕੋਸਟ ਆ ਉਹ 7000 ਰੁਪੀਆ ਹੈ ਉਸ ਟਾਈਮ ਮੇਰੇ ਕੋਲ ਇੱਕ ਕੋ ਪ੍ਰੋਪਰਟੀ ਮੇਰੀ ਸੀ ਮੇਰਾ ਫੋਨ ਉਹਦੀ ਕੋਸਟ ਸੀ ਕਿ 4000 ਰੁਪਏ ਤੇ ਇਦਾਂ ਦੇ ਮੂਮੈਂਟ ਤੇ ਮੈਂ ਘਰੇ ਕਹਾਂ ਕਰ ਵਾਲਾ ਨੇ ਉਦਾਂ ਹੀ ਕਹਿਣਾ ਕਿ ਤੂੰ ਪਹਿਲਾਂ ਹੀ ਜੌਬ ਤੇ ਕਰ ਨਹੀਂ ਰਿਹਾ ਕੁਝ 2-3000 ਰੁਪਏ ਉਧਰ ਕਮਾਇਆ ਤੇ ਹੁਣ ਤੈਨੂੰ ਮੈਂ 7000 ਵੀ ਦੇ ਦਾਂ ਜਿਹਦੇ ਨਾਲ ਤੁਸੀਂ ਪੋਰਟਫੋਲੀਓ ਕਰਾਓਗੇ ਇਹਦਾ ਕੋਈ ਫਾਇਦਾ ਨਹੀਂ ਹੈ ਇਹ ਸਭ ਬੇਕਾਰ ਮਤਲਬ ਮਾਡਲਿੰਗ ਐਕਟਿੰਗ ਸਭ ਬੇਕਾਰ ਹੈ ਤਾਂ ਉਹ ਜਿਹੜਾ ਫਿਰ ਹੁਣ ਡ੍ਰੀਮ ਜਦੋਂ ਸਾਡਾ ਸੀਗਾ ਤਾਂ ਫਿਰ ਮਿਹਨਤ ਵੀ ਆਪਾਂ ਨੂੰ ਕਰਨੀ ਪੈਣੀ ਸੀ ਫਿਰ ਉਹ ਆਪਾਂ ਸੋ 3000 ਕਿਸੇ دوستੋ ਲੈ ਕੇ 2000 ਐਡਵਾਂਸ ਸੈਲਰੀ ਲੈ ਕੇ 7000 ਦਾ ਪੋਰਟਫੋਲੀਓ ਕਰਾ ਲਿਆ ਤੇ ਬਿਲੀਵ ਕਰੋ ਤੁਸੀਂ 2016 ਦੇ ਵਿੱਚ ਪੋਰਟਫੋਲੀਓ ਕਰਾਇਆ ਸੀ ਅੱਜ 2023 ਚੜ ਗਿਆ ਉਹ ਫੋਟੋਸ ਅੱਜ ਤੱਕ ਕਿੱਥੇ ਯੂਜ਼ ਨਹੀਂ ਹੋਈ ਮੇਰੀ ਫੈਮਿਲੀ 'ਚ ਕੋਈ ਐਦਾ ਤਾਂ ਨਹੀਂ ਹੈ ਜਿਹੜਾ ਇਸ ਫੀਲਡ 'ਚ ਹੋਏ ਮੇਰੇ ਫਾਦਰ ਨੇ ਬੋਇਲਰ ਇੰਜੀਨੀਅਰ ਨੇ ਮੇਰਾ ਬ੍ਰਦਰ ਜਿਹੜਾ ਉਸ ਟਾਈਮ ਸਟੂਡੈਂਟ ਸੀਗਾ ਮੇਰੀ ਮਦਰ ਇੱਕ ਨਾਰਮਲ ਹਾਊਸ ਵਾਈਫ ਤੇ ਨਾ ਕੋਈ ਸਪੋਰਟ ਨਾ ਕੋਈ ਮੇਰੇ ਕੋਲ ਕੋਈ ਗੋਡਫਾਦਰ ਜਿਹੜਾ ਮੈਨੂੰ ਗਾਈਡ ਕਰ ਦੇ ਇਕੱਲੇ ਹੀ ਨਿਕਲ ਪਏ ਘਰੋਂ ਤੇ ਹੁਣ ਐਂਟਰ ਕਰ ਲਿਆ ਉਸ ਤੋਂ ਬਾਅਦ ਕਿਸੇ ਨੇ ਕਿਹਾ ਕਿ ਬਿਊਟੀ ਪੇਜੈਂਟਸ ਨਾਮ ਦੀ ਇੱਕ ਚੀਜ਼ ਹੁੰਦੀ ਹੈ ਮਿਸਟਰ ਐਂਡ ਮਿਸ ਸਮਥਿੰਗ ਮਿਸਟਰ ਐਂਡ ਮਿਸ XYZ ਤੁਸੀਂ ਉਹਦੇ ਵਿੱਚ ਸਪਾਰਟਿਸਿਪੇਟ ਕਰੋ ਫਿਰ ਉਹ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਤੇ 올 ਟੀਮ ਜਜਿਸ ਦੀ ਟੀਮ ਮੀਡੀਆ ਟੀਮ ਸਾਰੀ ਮੇਰੇ ਵੱਲ ਸੀ ਲੇਕਿਨ ਜਦੋਂ ਰਿਜ਼ਲਟ ਆਇਆ ਉਦੋਂ ਪਤਾ ਲੱਗਿਆ ਮੈਂ ਟੌਪ 3 ਚ ਵੀ ਨਹੀਂ ਆਇਆ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਜਿਹੜੇ ਬੰਦੇ ਦੇ ਫਾਦਰ ਕੋਲ ਪੈਸੇ ਸੀਗੇ ਉਹਨੇ ਆਪਣੇ ਬੱਚੇ ਨੂੰ ਪੈਸੇ ਦੇ ਕੇ ਟੌਪ ਚ ਕਰਾਤਾ ਉਸ ਦਿਨ ਮੈਂ ਸੋਚਿਆ ਸੀ ਕਿ ਜੇਕਰ ਇਹ ਪੈਸੇ ਨਾਲ ਹੀ ਕੰਮ ਚੱਲਣਾ ਹੈ ਨਾ ਤਾਂ ਫਿਰ ਮੈਂ ਅੱਜ ਤੋਂ ਬਾਅਦ ਕਦੀ ਬਿਊਟੀ ਕਾਂਟੈਸਟ ਨਹੀਂ ਕਰੂੰਗਾ ਮਿਸਟਰ ਐਂਡ ਮਿਸ ਨਹੀਂ ਕਰੂੰਗਾ ਨਾ ਹੀ ਕਦੀ ਕੋਈ ਬਿਊਟੀ ਪੈਜੈਂਟ ਜੇ ਹਿੱਸਾ ਲਵਾਂਗਾ ਮੈਂ ਆਪਣੀ ਨੌਲੇਜ ਵਧਾਊਂਗਾ ਮੈਂ ਆਪਣੇ ਕੋਲ ਪੈਸੇ ਵਧਾਊਂਗਾ ਉਸ ਤੋਂ ਬਾਅਦ ਜਿਹੜੀ ਚੀਜ਼ ਅੱਜ ਮੇਰੇ ਨਾਲ ਹੋਈ ਹੈ 파ਰਸ਼ੈਲਟੀ ਜਿਹਨੂੰ ਕਹਿੰਦੇ ਆਪਾਂ ਚੀਟਿੰਗ ਉਹ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਬੱਚੇ ਨਾਲ ਨਹੀਂ ਹੋਣ ਦਊਂਗਾ ਤੇ ਉੱਥੋਂ ਹੁਣ ਨੈਕਸਟ ਸਟੈਪ ਕੀ ਸੀ ਮੁੰਬਈ ਕਿਸੇ ਨੇ ਕਿਹਾ ਕਿ ਜੇ ਤੁਸੀਂ ਆਪਣਾ ਕੈਰੀਅਰ ਬਣਾਣਾ ਹੈ ਤਾਂ ਮੁੰਬਈ ਨਿਕਲ ਜਾਓ ਤੇ ਮੁੰਬਈ ਨਿਕਲ ਜਾਓ ਹੁਣ ਮੁੰਬਈ ਮੁੰਬਈ ਜਾਣ ਲਈ 4000 ਦੀ ਟਿਕਟ ਜਿਹੜੀ ਹੈ ਉਹ 4000 ਦੀ ਹੈ, ਟ੍ਰੇਨ ਦੀ ਟਿਕਟ 3000 ਦੀ ਹੈ। ਤੇ ਆਪਣੇ ਕੋਲ ਤਾਂ ਸੈਲਰੀ 3000 ਆਂਦੀ ਹੈ। ਹੁਣ ਜੋਬ ਛੱਡਦੀ ਹੈ ਤੇ ਉੱਥੇ ਜਾ ਕੇ ਕਰਾਂਗੇ ਕਿ ਇੱਕ ਕੋਈ ਵਧੀਆ ਬੰਦਾ ਮਿਲ ਗਿਆ। ਉਹਨੇ ਸਾਡੀ ਸਾਈਡ ਦੀ ਟਿਕਟ ਵੀ ਕਰਾਤੀ ਤੇ ਉਹਨੂੰ ਸਾਡੇ ਕੋਲ ਮਤਲਬ ਸੀ, ਸਾਨੂੰ ਉਹਦੇ ਕੋਲ ਮਤਲਬ ਸੀ ਆਪਾਂ ਮੁੰਬਈ ਪਹੁੰਚ ਗਏ। ਮੁੰਬਈ ਪਹੁੰਚਣ ਤੋਂ ਬਾਅਦ ਕੀ ਹੋਇਆ ਕਿ 4-5 ਦਿਨ ਤਾਂ ਆਪਾਂ ਹੋਟਲ 'ਚ ਰਹੇ ਪ੍ਰੋਡਿਊਸਰ ਦੇ ਖਰਚੇ 'ਚ। ਉਹਨਾਂ ਨੇ ਆਪਣਾ ਕੰਮ ਕਰਾਇਆ, ਫਿਲਮ ਕਰਾਈ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਜਿੱਥੇ ਮਰਜ਼ੀ ਜਾਓ ਜੀ। ਹੁਣ ਸਾਡ ਇਹਨੀਆਂ ਛੋਟੀ-ਛੋਟੀ ਗਲੀਆਂ ਉਹਦੇ ਵਿੱਚ 10-10 ਲੋਕੀ ਇੱਕ ਕਮਰੇ ਦੇ ਵਿੱਚ ਰਹਿ ਰਹੇ ਨੇ ਉੱਥੇ ਜਦੋਂ ਮੈਂ ਪਹਿਲੀ ਵਾਰੀ ਐਂਟਰ ਕੀਤਾ ਤਾਂ ਮੈਨੂੰ ਪਤਾ ਲੱਗਿਆ ਕਿ 10000 ਰੁਪਏ ਕਿਰਾਇਆ ਹੈ ਤੇ 10000 ਰੁਪਏ ਕਿਰਾਇਆ ਤਾਂ ਹੁਣ ਸਾਡੇ ਕੋਲ ਹੈ ਨਹੀਂ ਕਿਸੇ ਨੇ ਸੁਜੈਸਟ ਕੀਤਾ ਕਿ ਡੋਰਮਟਰੀਜ਼ ਨਾਮ ਦੀ ਇੱਕ ਚੀਜ਼ ਹੁੰਦੀ ਹੈ ਜਿੱਥੇ ਤੁਸੀਂ 400-500 ਰੁਪਏ ਦੇ ਕੇ ਇੱਕ ਰਾਤ ਲਈ ਰਹਿ ਸਕਦੇ ਹੋ ਆਪਾਂ ਆਪਣਾ ਲਗੇਜ ਉੱਥੇ ਰੱਖਿਆ ਤੇ ਚੱਲ ਗਏ ਬੀਚ ਘੁੰਮਣ ਕਿਉਂਕਿ ਮੁੰਬਈ ਜਦੋਂ ਵੀ ਕੋਈ ਜਾਂਦਾ ਹੈ ਸਭ ਤੋਂ ਪਹਿਲਾਂ ਬੀਚ ਤੇ ਜਾਂਦਾ ਹੈ ਬੀਚ ਤੇ ਜਾ ਕੇ ਸਾਨੂੰ ਪਤਾ ਲੱਗਾ ਕਿ ਮੇਰੇ ਵਰਗੇ ਉੱਥੇ ਲੱਖਾਂ ਲੋਕੀ ਬੈਠ ਉਹਤੇ ਮੈਨੂੰ ਕਹਿੰਦਾ ਕਿ ਜਿਵੇਂ ਬਾਹਰਲੇ ਮੁਲਕਾਂ 'ਚ ਜਾ ਕੇ ਆਪਣੇ ਆਪਸ 'ਚ ਹਰਿਆਣੇ ਹਰਿਆਣੇ ਵਾਲੇ ਮਿਲ ਜਾਂਦੇ ਤਾਂ ਯਾ ਲੱਗਦਾ ਕਿ ਯਾਰ ਆਪਣਾ ਹੀ ਬੰਦਾ ਮਿਲ ਗਿਆ ਕੋਈ ਉਹ ਕਹਿੰਦਾ ਭਾਈ ਮੇਰੇ ਕੋਲ ਟੈਲੀ ਕੋਈ ਚੱਕਰ ਨਹੀਂ ਯਾਰ ਤੇ ਮੈਂ ਚੱਲ ਗਿਆ ਉਹਦੇ ਘਰ ਉਹਦੇ ਘਰ ਜਾ ਕੇ 10 ਬਜੇ 10 ਦਾ ਕਮਰਾ ਉਹਦੇ ਵਿੱਚ ਕਿਚਨ ਉਹਦੇ ਵਿੱਚ ਵਾਸ਼ਰੂਮ ਇੰਨੀ ਗੰਦੀ ਸਮੈਲ ਤੇ ਹੁਣ ਕਰੇ ਕੀ ਬੰਦੇ ਕੋਲ ਲੈਣ ਦੀ ਛੱਤ ਤਾਂ ਚਾਹੀਦੀ ਸਾਨੂੰ ਛੱਤ ਵੀ ਉਹਦੇ ਟੀਨ ਵਾਲੀ ਹੁੰਦੀ ਹੈ ਜਿਹਦੇ ਧੁੱਪ ਪੂਰੀ ਪੈਂਦੀ ਹੈ ਗਰਮੀ ਪੂਰੀ ਪੈਂਦੀ ਹੈ ਸਰਦੀ ਤਾਂ ਹੈ ਹੀ ਨਹੀਂ ਮੁੰਬਈ 'ਚ ਤੇ ਪਹਿਲਾ ਦਿਨ ਉਹ ਕਹਿੰਦਾ ਮੇਰੇ ਕੋਲ ਦਾ ਬਾਈ ਕੋਈ ਇੱਕੋ ਹੀ ਗੱਦਾ ਹੈ ਉਥੇ ਮੈਂ ਸੋऊंगा ਤੂੰ ਦੇਖ ਲੈ ਕਿੱਥੇ ਸੋਵੇਂਗਾ ਇੱਕ ਸਾਈਡ ਦੇ ਵਿੱਚ ਆਪਾਂ ਮੰਮੀ ਨੇ ਚੱਦਰ ਦਿੱਤੀ ਸੀ ਉਹ ਚੱਦਰ ਵਿਚਾਈ ਤੇ ਚੱਦਰ ਪਾ ਕੇ ਸੋ ਗਏ ਪਹਿਲਾ ਦਿਨ ਪਤਾ ਨਹੀਂ ਲੱਗਿਆ ਕਿਉਂਕਿ ਥਕਾਵਟ ਬਹੁਤ ਹੋ ਗਈ ਸੀ ਲੰਬਾ ਟਰੈਵਲ ਸੀ ਮੈਂਟਲੀ ਪ੍ਰੈਸ਼ਰ ਬਹੁਤ ਸੀ ਲੇਕਿਨ ਜਿਵੇਂ ਜਿਵੇਂ ਦਿਨ ਬੀਤਦੇ ਗਏ ਉਹ ਚੱਦਰ ਮੈਨੂੰ ਵਧੀਆ ਸੋਣੀ ਲੱਗਣ ਲੱਗੀ ਪਈ ਉਹ ਚੱਦਰ ਮੈਨੂੰ ਲੱਗਣ ਲੱਗਾ ਕਿ ਮੇਰਾ ਗੱਦਾ ਹੀ ਹੈ ਉਹ ਇੱਕ ਦਿਨ ਦੋ ਦਿਨ ਤਿੰਨ ਦਿਨ ਨਿਕਲ ਗਏ ਲੇਕਿਨ ਮੈਨੂੰ ਪਤਾ ਨਹੀਂ ਲੱਗਿਆ 27 ਦਿਨ ਕਿਵੇਂ ਹੋ ਗਏ 27 ਦਿਨ ਮੈਂ ਜ਼ਮੀਨ ਤੇ ਸੁੱਤਾ ਰਿਹਾ ਉਸ ਤੋਂ ਬਾਅਦ ਸਲੋਲੀ ਸਲੋਲੀ ਨੋਲੇਜ ਗੇਨ ਕੀਤੀ ਆਡੀਸ਼ਨਸ ਦਿੱਤੇ ਆਡੀਸ਼ਨਸ ਦੇ ਵਿੱਚ ਹਮੇਸ਼ਾ ਜਾਣ ਨੂੰ ਮਿਲਦਾ ਸੀ ਨਾਟ ਫਿਟ ਕਿਸੇ ਵੀ ਆਡੀਸ਼ਨ ਜਾਓ ਨਾਟ ਫਿਟ ਕਿਉਂ ਬਿਕੋ ਸਾਡੇ ਲਿੰਕਸ ਨਹੀਂ ਹੈ ਸਾਡੇ ਕੋਲ ਪੈਸਾ ਨਹੀਂ ਹੈ ਇੱਥੇ ਸਫਰ ਸਾਡਾ ਸ਼ੁਰੂਆਤ ਹੋਈ ਹੈ ਹਲੇ ਸਫਰ ਦੀ ਸਫਰ ਸ਼ੁਰੂ ਹੋ ਗਿਆ ਹੁਣ ਸਲੋਲੀ ਸਲੋਲੀ ਕੰਮ ਮਿਲਣਾ ਸਟਾਰਟ ਹੋ ਗਿਆ ਉਰਵਸ਼ੀ ਰੋਟੇਲਾ ਦੇ ਨਾਲ ਮੈਂ ਫਰਸਟ ਐਡ ਕੀਤੀ ਬੋਨੀ ਪਾਨ ਮਸਾਲਾ ਦੀ ਐਜ਼ ਅ ਮੇਨ ਲੀਡ ਮਾਡਲ ਜਿਹੜੀ ਕਿ ਗੁਜਰਾਤ ਦੇ ਵਿੱਚ ਰਿਲੀਜ਼ ਹੋਈ ਪ੍ਰਿੰਟ ਬੈਨਰਸ ਬਣੇ ਉਹਦੇ ਇੱਕ ਹੌਸਲਾ ਮਿਲਿਆ ਜਿਹੜਾ ਡਾਇਰੈਕਟਰ ਸੀ ਉਹਨੂੰ ਮੈਂ ਦੱਸਿਆ ਕਿ ਭਾਜੀ ਮੇਰੇ ਕੋਲ ਨਾ ਇੱਥੇ ਰੈਨ ਨੂੰ ਜਿਹੜਾ ਘਰ ਹੈ ਉੱਥੇ ਗੱਦਾ ਨਹੀਂ ਹੈ ਤੁਸੀਂ ਮੈਨੂੰ ਪੇਮੈਂਟ ਭਾਵੇਂ ਨਾ ਦਿਓ ਮੈਨੂੰ ਇੱਕ ਨਾ ਗੱਦਾ ਦੇ ਦਿਓ ਤੇ ਉਹ ਵਧੀਆ ਬੰਦਾ ਸੀ ਉਹ ਉਹਨੇ ਕਿਹਾ ਕਿ ਮੇਰੇ ਕੋਲ ਡਬਲ ਬੈੱਡ ਦਾ ਗੱਦਾ ਖਾਲੀ ਪਿਆ ਤੁਸੀਂ ਲੈ ਜਾਓ ਤੇ ਉਹ ਮੇਰੀ ਫਸਟ ਪੇਮੈਂਟ ਸੀ ਡਬਲ ਬੈੱਡ ਦਾ ਗੱਦਾ ਮੁੰਬਈ ਦੇ ਵਿੱਚ ਪੇਮੈਂਟ ਨਹੀਂ ਮਿਲੀ ਇੱਕ ਗੱਦਾ ਮਿਲਿਆ ਜਿੱਥੇ ਮੈਂ ਆਰਾਮ ਨਾਲ ਸਕੂਨ ਨਾਲ ਸੋਇਆ ਕਰਿਆ ਕਿ ਪੱਖਾ ਨਹੀਂ ਸੀ ਉੱਥੇ ਜਿਹੜੀ ਨੈਚੁਰਲ ਹਵਾ ਹੈ ਉਹਦੇ ਨਾਲ ਹੀ ਆਪਾਂ ਗੁਜ਼ਾਰਾ ਕੀਤਾ ਤੇ ਉਸ ਤੋਂ ਬਾਅਦ ਐਡਸ ਮਿਲਨੀ ਸ਼ੁਰੂ ਹੋਈ ਕੰਮ ਮਿਲਣਾ ਸ਼ੁਰੂ ਹੋਇਆ ਫਿਰ ਇੱਕ IPC 376 ਫਿਲਮ ਆਈ ਸੀ ਜਿਹਦੇ ਵਿੱਚ ਸਾਰੇ ਕਲਾਕਾਰ ਨਾਮੀ ਸੀਗੇ ਉਹ ਚ ਮੈਂ ਹੀ ਗੱਲਾ ਸੀਗਾ ਜਿਹੜਾ ਮਤਲਬ ਜਿਹਨੂੰ ਕੋਈ ਜਾਣਦਾ ਨਹੀਂ ਸੀ ਉੱਥੇ ਮੈਨੂੰ ਕਲੈਬ ਬਏ ਦੀ ਜੌਬ ਮਿਲੀ ਮੈਨੂੰ ਨਹੀਂ ਪਤਾ ਸੀ ਕਿਸੇ ਨੇ ਮੈਨੂੰ ਕਿਹਾ ਕਿ ਕਲੈਬ ਬਏ ਤੋਂ ਸਟਾਰਟ ਅਪ ਕਰਨਾ ਪਏਗਾ ਤਾਂ ਤੁਸੀਂ ਅੱਗੇ ਵਧੋਗੇ ਤੇ ਕਲੈਬ ਦੀ ਨੌਲੇਜ ਨਹੀਂ ਸੀ ਕਿ ਕਲੈਬ ਕਰਨਾ ਕਿਵੇਂ ਹੈ ਕਿ ਹੁਣਾ ਉੱਥੇ ਚਲੋ 4 ਦਿਨ ਕੀਤਾ ਕਲੈਬ ਕੰਮ ਕਲੈਬ ਦਾ ਕੰਮ ਕਰਦੇ ਕਰਦੇ ਲਿੰਕ ਬਣੇ ਹੋਤੇ ਉੱਥੇ ਇੱਕ ਬੰਦਾ ਮਿਲਿਆ ਕਿ ਭਾਜੀ ਮੈਂ ਪੰਜਾਬ ਤੋਂ ਹਾਂ ਕਿ ਤੁਸੀਂ ਇੱਥੇ ਮੁੰਬਈ ਆਪਣੇ ਟਾਈਮ ਵੇਸਟ ਕਰ ਰਹੇ ਹੋ ਤੁਸੀਂ ਮੇਰੇ ਨਾਲ ਪੰਜਾਬ ਚਲੋ ਉਹ ਸਾਨੂੰ ਉੱਥੋਂ ਪੰਜਾਬ ਲਿਆਇਆ ਹੁਣ ਜਦੋਂ ਆਪਾਂ ਪੰਜਾਬ ਵਾਪਸ ਆ ਗਏ ਉਸੇ ਬੰਦੇ ਨੇ ਮੈਨੂੰ ਫੋਨ ਕੀਤਾ ਕਿ ਬਾਈ ਮੇਰਾ ਪਿਕਾੜਲੀ ਮਾਲ 'ਚ ਸ਼ੋਅ ਹੈ ਤੇ ਸੰਡੇ ਦਾ ਸ਼ੋਅ ਹੈ ਤੁਸੀਂ ਸੈਟਰਡੇ ਈਵਨਿੰਗ ਆ ਜਾਓ ਥੋੜਾ ਰਹਿਣ ਦਾ ਖਾਣ ਦਾ ਮੈਂ ਕਰਾ ਦੂੰਗਾ ਅਰੇ ਇੰਚ ਠੀਕ ਹੈ ਸਾਡੇ ਕੋਲ ਜਿੰਨੇ ਕ ਪੈਸੇ ਸੀ ਆਪਾਂ ਪੈਸੇ ਲਿੱਤੇ ਤੇ ਬੱਸ 'ਚ ਬੈਠ ਕੇ ਆਪਾਂ ਪਹੁੰਚ ਗਏ ਪਿਕਾੜਲੀ ਮਾਲ ਚੰਡੀਗੜ੍ਹ ਹੁਣ ਸ਼ਾਮ ਨੂੰ ਉਸ ਬੰਦੇ ਨੇ ਫੋਨ ਨਹੀਂ ਚੱਕਿਆ ਇੱਕ ਵਾਰੀ ਫੋਨ ਚੱਕਿਆ ਕਹਿੰਦਾ ਬਾਈ ਮੈਂ ਬਹੁਤ ਬਿਜ਼ੀ ਆ ਬਸ ਫੇਰੇ ਮਿਲਦੇ ਆ ਸ਼ੋਅ ਤੇ ਤੁਸੀਂ ਆਪਣਾ ਰਹਿਣ ਖਾਣ ਦਾ ਕਰ ਲਓ ਮੇਰੇ ਕੋਲ ਤਾਂ ਕੋਈ ਜਾਣਕਾਰ ਵੀ ਨਹੀਂ ਸੀ ਇੱ ਬੇਸਮੈਂਟ ਦੇ ਵਿੱਚ ਗਿਆ ਉੱਥੇ ਸਿਕਿਉਰਿਟੀ ਗਾਰਡ ਬੈਠਿਆ ਸੀ ਮੈਂ ਉਹਨੂੰ ਕਿਹਾ ਕਿ ਬਾਈ ਮੈਂ 15 ਮਿੰਟ ਇੱਥੇ ਪੈ ਸਕਦਾ ਉਹ ਕਹਿੰਦਾ ਦੱਸੋ ਕੀ ਹੋ ਗਿਆ ਮੈਂ ਕਿਹਾ ਮੇਰਾ ਕੋਈ ਬੰਦਾ ਲੈਣ ਆ ਰਿਹਾ ਮੈਨੂੰ ਤੇ ਜਦੋਂ ਆ ਜਾਏਗਾ ਮੈਂ ਨਿਕਲ ਜੂਗਾ ਇੱਥੋਂ ਤੇ ਉਹ ਬੇਸਮੈਂਟ ਦੇ ਵਿੱਚ ਜਦੋਂ ਮੈਂ ਪਿਆ ਤੇ ਬੱਸ ਦੇ ਵਿੱਚ ਮੈਂ ਘੱਟੋ ਘੱਟ 150 ਕਿਲੋਮੀਟਰ ਟਰੈਵਲ ਕਰਕੇ ਆਇਆ ਸੀ ਖਾਇਆ ਕੁਝ ਹੈ ਨਹੀਂ ਸੀ ਖਾਲੀ ਪੇਟ ਮੈਂ ਪੈ ਗਿਆ ਉੱਥੇ ਪੈਂਦੀ ਮੈਨੂੰ ਨੀਂਦ ਆ ਗਈ ਜਿੱਦਾਂ ਹੀ ਮੈਂ ਸੋਇਆ ਤੇ ਮੈਨੂੰ ਨਹੀਂ ਪਤਾ ਲੱਗਿਆ ਸਵੇਰ ਕੱਤ ਹੋ ਗਈ ਆਰਗੇਨਾਈਜ਼ਰ ਦਾ ਫੋਨ ਆਇਆ ਭਾਜੀ ਕਿੱਥੇ ਹੋ ਹੁਣ ਮੈਂ ਉਹਨੂੰ ਕੀ ਠੀਕ ਹੈ ਉੱਠੇ ਆਪਾਂ ਵਾਸ਼ਰੂਮ ਗਏ ਬਿਗਾਰਡੀ ਮਾਲ ਦੇ ਫੇਸ ਵਾਸ਼ ਕੀਤਾ ਸ਼ੋ ਜਜ ਕੀਤਾ ਬੱਚਿਆਂ ਨਾਲ ਬੜਾ ਬੜਾ ਪਿਆਰ ਸੀਗਾ ਉੱਥੇ ਸ਼ੋ ਚ ਬੱਚਿਆਂ ਨੂੰ ਨਹੀਂ ਪਤਾ ਸੀ ਕਿ ਮੈਂ ਰਾਤ ਕਿੱਥੇ ਸੀ ਉਹਨਾਂ ਨੂੰ ਪਤਾ ਕਿ ਮੈਂ ਅੱਜ ਕਿੱਥੇ ਹਾਂ ਬਸ ਮੈਂ ਕੋਈ ਸ਼ੋ ਨਹੀਂ ਕੀਤਾ ਸੀਗਾ ਉਸ ਟਾਈਮ ਮੈਂ ਸਿਰਫ ਨੌਲੇਜ ਗੇਨ ਕੀਤੀ ਬਿਕੋਜ਼ ਜੇਕਰ ਆਪਾਂ ਲਾਈਫ ਦੇ ਵਿੱਚ ਕੁਝ ਅਰਨ ਕਰਨਾ ਚਾਹੁੰਦੇ ਆ ਨਾ ਤਾਂ ਸਭ ਤੋਂ ਵੱਡੀ ਗੱਲ ਹੈ ਅਰਨ ਦੇ ਵਿੱਚ ਈ ਏ ਆਰ ਐ ਸਪੈਲਿੰਗ ਹੁੰਦੀ ਹੈ ਇਹਦੇ ਨਾਲ ਜੇ ਆਪਾਂ ਐਲ ਲਗਾ ਦੇਗੇ ਨਾ ਤਾਂ ਉਹ ਲਰਨ ਹੋ ਜਾਏਗਾ ਤਾਂ ਵੀ ਕੈਨੋਟ ਅਰਨ ਬੈਟਰ ਵਿਦਾਊਟ ਲਰਨ ਬੈਟਰ ਉਹ ਦਿਨ ਸੀਗਾ 2019 ਵੀ ਦਾ ਲੋਕਡਾਊਨ ਲੱਗ ਗਿਆ ਲੋਕਡਾਊਨ ਦਾ ਜਿਹੜਾ ਬੈਨੀਫਿਟ ਮੈਂ ਠਾਇਆ ਮੈਂ ਪੂਰੇ 3-3 4-4 ਘੰਟੇ ਬੁੱਕਸ ਪੜਦਾ ਸੀ ਮੋਡਲਿੰਗ ਦੇ ਆ ਪੂਰੇ 4-4 5-5 ਘੰਟੇ ਮੈਂ ਪ੍ਰੈਕਟਿਸ ਕਰਦਾ ਸੀ ਐਕਟਿੰਗ ਦੀ ਆ ਪੂਰੇ ਸਾਰਾ-ਸਾਰਾ ਦਿਨ ਮੈਂ ਵਾਕ ਕਰਦਾ ਸੀ ਮੇਰੇ ਘਰ ਵਾਲੇ ਕਹਿੰਦੇ ਸੀ ਕਿ ਕੀ ਕਰੇਗਾ ਇੰਨੀ ਵਾਕ ਕਰਕੇ ਮੈਂ ਕਿਹਾ ਤੁਸੀਂ ਬਸ ਦੇਖੀ ਚੱਲੋ ਹੁਣ 2022 ਆਣ ਦੋ ਇੱਕ ਕੀੜਾ ਸੀਗਾ ਕਿ ਐਕਟਿੰਗ ਵੀ ਕਰਨੀ ਹੈ ਐਕਟਿੰਗ ਆਂਦੀ ਨਹੀਂ ਸੀ ਐਕਟਿੰਗ 'ਚ ਲੋਕ ਕੀ ਚਾਂਸ ਨਹੀਂ ਦਿੰਦੇ ਸੀ ਕਿਉਂਕਿ ਐਕਟਿੰਗ ਦੇ ਵਿੱਚ ਕੀ ਹੈ ਨਾ ਇੱਕ ਨੈਪੋਟਿਜ਼ਮ ਨਾਮ ਦਾ ਵਰਡ ਹੁੰ ਜਿਹੜੇ ਕਹਿੰਦੇ ਆ ਕਿ ਗਰੂਪੀਜ਼ਮ ਬਣਿਆ ਹੁੰਦਾ ਹੈ ਹਰ ਇੱਕ ਇੰਡਸਟਰੀ ਦੇ ਵੀ ਆਪਣਾ ਇੱਕ ਗਰੂਪੀਜ਼ਮ ਹੈ ਤੇ ਜਦੋਂ ਪੰਜਾਬ ਦੀ ਇੰਡਸਟਰੀ ਚ ਜਾਣਾ ਸਟਾਰਟ ਕੀਤਾ ਤੇ ਪਤਾ ਲੱਗਿਆ ਪੰਜਾਬ ਦੀ ਇੰਡਸਟਰੀ ਵੀ ਮੁੰਬਈ ਦੀ ਇੰਡਸਟਰੀ ਵਾਂਗੂ ਸਮੁੰਦਰ ਬਣ ਚੁੱਕੀ ਹੈ ਇੱਥੇ ਕੁਛ ਨਾ ਬਹੁਤ ਮੁਸ਼ਕਿਲ ਹੈ ਕਿਸੇ ਨੇ ਕਿਹਾ ਕਿ ਡੈਲੀ ਆ ਜਾਓ ਤੇ ਆਪਾਂ ਲੋਕਾਂ ਦੀ ਕਮਾਂਡ ਤੇ ਚੱਲੀ ਗਏ ਕਿਉਂਕਿ ਸਾਨੂੰ ਉਨੀ ਨੋਲਿਜ ਹੈ ਨਹੀਂ ਸੀ ਉਸ ਟਾਈਮ ਡੈਲੀ ਜਦੋਂ ਆਪਾਂ ਆਏ ਡੈਲੀ ਆਣ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇੱਕ ਰਨਵੇ ਫੈਸ਼ਨ ਮਾਡਲਿੰਗ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ ਜਿੱਤੇ ਵਿੱਚ ਹਾਈਟ ਮੈਟਰ ਕਰਦੀ ਹੈ ਤੇ ਸੁਖ ਨਾਲ ਸਾਡੇ ਕੋਲ 6 ਫੀ ਤੇ ਇੱਕ ਉਥੇ ਲੰਬੇ ਬਾਲ ਚਾਹੀਦੇ ਆ ਇੱਕ ਲੁੱਕ ਚਾਹੀਦੀਆਂ ਨੇ ਇੱਕ ਡ्रेसਿੰਗ ਸੈਂਸ ਚਾਹੀਦਾ ਹੈ ਇੰਨਾ ਸਟਰਗਲ ਕਰਨ ਤੋਂ ਬਾਅਦ ਉਹ ਸਭ ਕੁਝ ਮੈਨੂੰ ਆ ਗਿਆ ਸੀ ਮੇਰੇ ਮਤਲਬ ਮਾਈਂਡ 'ਚ ਆ ਗਿਆ ਸੀ ਕਿ ਹੁਣ ਆਪਣੇ ਆਪ ਨੂੰ ਪ੍ਰੈਜੈਂਟ ਕਿਵੇਂ ਕਰਨਾ ਹੈ ਇੱਕ ਡਿਜ਼ਾਈਨਰ ਦਾ ਕਾਲ ਆਂਦਾ ਹੈ ਡਿਜ਼ਾਈਨਰ ਕਹਿੰਦਾ ਕਿ ਆਈ ਲਾਈਕ ਯੂਰ ਪ੍ਰੋਫਾਈਲ ਤੇ ਤੁਸੀਂ ਇਹ ਕੰਮ ਕਰੋ ਆਪਾਂ ਮਿਲ ਲੈਂਦੇ ਆ ਸਾਡੀ ਪੂਰੀ ਟੀਮ ਹੋਟਲ ਲਲਿਤ ਦੇ ਵਿੱਚ ਆਈ ਹੋਈ ਹੈ ਤੁਸੀਂ ਆ ਜਾਓ ਮੈਂ ਕਿਹਾ ਠੀਕ ਹੈ ਜੀ ਮੈਨੂੰ ਲੱਗਿਆ ਯਾਰ ਕਿ ਚਲੋ ਹੁਣ ਲਲਿਤ 5 ਸਟਾਰ ਹੋਟਲ ਦੇ ਵਿੱਚ ਬੁਲਾ ਰਹੇ ਆ ਤਾਂ ਮੇਰੇ ਲਈ ਕੋਈ ਸ਼ਾਇਦ ਵੱਡਾ ਪਲੇਟਫਾਰਮ ਮਿਲ ਜਾਏ ਮੈਨੂੰ ਮੈਂ ਚੱਲ ਗਿਆ ਉੱਥੇ ਜਾ ਕੇ ਕਹਿੰਦਾ ਯਾਰ ਬਹੁਤ ਸੋਹਣੀ ਤੁਹਾਡੀ ਹਾਈਟ ਹੈ ਬਹੁਤ ਸੋਹਣਾ ਤੁਹਾਡਾ ਮਤਲਬ ਵੇਸ ਸਾਈਜ਼ ਤੁਹਾਡਾ ਓਕੇ ਹੈ ਡਨ ਬਟ ਆਈ ਵਾਂਟ ਟੂ ਸੀ ਯੋਰ ਥਾਈਸ ਮੈਂ ਥੋੜਾ ਜਿਹਾ ਸ਼ੌਕ ਹੋ ਯਾਰ ਮੈਂ ਕਿ ਥਾਈਸ ਦੇਖਣੀਆਂ ਨੇ ਪਰ ਮੈਂ ਕਹਿੰਦਾ ਚਲੋ ਮੁੰਡਾ ਮੁੰਡਾ ਯਾਰ ਮੇਰਾ ਵੀ ਫਰਸਟ ਇੰਟਰੈਕਸ਼ਨ ਸੀ ਕਿਸੇ ਡਿਜ਼ਾਈਨਰ ਨਾਲ ਮੈਂ ਕਹਿੰਦਾ ਚਲੋ ਮੁੰਡੇ ਮੁੰਡੇ ਆਪਸ ਚ ਨਿਕਰਾਂ ਚ ਘੁੰਮੇ ਜਾਂਦੇ ਆ ਮੈਂ ਕਹਿੰਦਾ ਕੋਈ ਨਾ ਜੀ ਦੇਖ ਲਓ ਜੀ ਕਹਿੰਦਾ ਥਾਈਸ ਤਾਂ ਓਕੇ ਹੈ ਬਟ ਵਿਦਆਊਟ ਅੰਡਰਵੇਅਰ ਜੇ ਤੁਸੀਂ ਦਿਖਾ ਦਿਓ ਇੱਕ ਵਾਰ ਮੈਂ ਕੋਈ ਨਾ ਜੀ ਤੁਸੀਂ ਹਰਿਆਣਾ ਆ ਜਾਓ ਫਿਰ ਮੈਂ ਉਹਨੂੰ ਇਹ ਗੱਲ ਉਹ ਦਿਨ ਸੀਗਾ ਜੇ ਮੈਂ ਉੱਥੇ गिर ਜਾਂਦਾ ਤੇ ਮੈਂ ਕਦੀ ਵੀ ਮਿਰਰ ਸਾਹਮਣੇ ਆਪਣੇ ਆਪ ਨੂੰ ਨਹੀਂ ਦੇਖ ਸਕਦਾ ਸੀ। ਨੋ ਡਾਊਟ ਬਹੁਤ سارے ਬੰਦੇ ਬਹੁਤ سارے ਮਾਡਲਸ ਐਦਾਂ ਦੇ ਹੋਣੇ ਮੈਨੂੰ ਨਹੀਂ ਪਤਾ ਮੈਂ ਕੋਈ ਕਮਿਟ ਨਹੀਂ ਕਰਦਾ ਕਿ ਜਿਹੜੇ ਉਸ ਮੌਕੇ ਤੇ ਕਰ ਲੈਂਦੇ ਹੋਣ। ਬਟ ਮੈਨੂੰ ਮੇਰੀ ਫੈਮਿਲੀ ਦੇ ਜਿਹੜੇ ਸੰਸਕਾਰ ਸੀ ਜਾਂ ਫਿਰ ਮੇਰਾ ਜਿਹੜਾ ਸਟਰਗਲ ਸੀ ਮੇਰੀ ਜਿਹੜੀ ਥਾਟਸ ਸੀ ਉਹਨੇ ਕਦੀ ਵੀ ਅਲਾਉ ਨਹੀਂ ਕੀਤਾ ਕਿ ਐਦਾਂ ਦੇ ਕੰਮ ਕਰਕੇ ਮੈਂ ਸਕਸੈਸ ਪਾਵਾਂ ਤੇ ਉਹ ਦਿਨ ਸੀਗਾ ਤੇ ਅੱਜ ਦਾ ਦਿਨ ਹੈ ਉਹ ਜਦੋਂ ਵੀ ਮੈਨੂੰ ਮਿਲਦਾ ਹੈ ਉਹ ਬੰਦਾ ਮੇਰੇ ਤੋਂ ਦੂਰ ਭਜਦਾ ਹੈ। ਕਦੇ ਵੀ ਮੇਰੇ ਸਾਹਮਣੇ ਨਹੀਂ ਆਂਦਾ ਇੱਕ ਵਾਰ ਮੈਂ ਉਹਦਾ ਸ਼ੋਅ ਕੀਤਾ ਉਹ ਵੀ ਉਹਨੇ ਡਾਇਰੈਕਟ ਨਹੀਂ ਕਿਹਾ ਕਿਸੇ ਹੋਰ ਮਾਡਲ ਦੇ ਥਰੂ ਘੁਮਾ ਕੇ ਮੇਰੇ ਕੋਲ ਗੱਲ ਲੈ ਕੇ ਆਇਆ ਕਿ ਇਹਨੂੰ ਮੈਂ ਆਪਣੇ ਸ਼ੋਅ 'ਚ ਲੈਣਾ ਹੈ ਤੇ ਉਹ ਪੁਆਇੰਟ ਸੀ ਮੈਂ ਗਿਰਿਆ ਨਹੀਂ ਦਿੱਲੀ ਫਿਲਮਾਂ ਕੀਤੀ ਐਕਟਿੰਗ ਕੀਤੀ ਹੁਣ 4 ਫਿਲਮਾਂ ਦੇ ਵਿੱਚ ਐਕਟਿੰਗ ਵੀ ਕਰ ਚੁੱਕਿਆ ਤੇ ਰੀਸੈਂਟਲੀ ਇੱਕ ਫਿਲਮ ਕੀਤੀ ਹੈ ਜਿਹੜੀ ਕਿ ਉੜੀਆ ਲੈਂਗੁਏਜ ਦੇ ਵਿੱਚ ਬਣੀ ਹੈ ਉਹਦੇ ਵਿੱਚ ਮੇਨ ਵਿਲਨ ਦਾ ਕੈਰੈਕਟਰ ਕੀਤਾ ਸਾਰੀ ਕਾਸਟ ਵੱਡੀ ਹੈ ਇੱਕ ਮੈਂ ਛੋਟਾ ਸੀਗਾ ਲੇਕਿਨ ਤੁਹਾਡੀ ਸਾਰਿਆਂ ਦੀ ਸਪੋਰਟ ਨਾਲ ਅੱਜ ਮੈਂ ਵੀ ਵੱਡਾ ਬਣ ਗਿਆ ਇੱਕ ਆਸ਼ੀਸ਼ ਵਰਮਾ ਜਿਹੜਾ ਨਾਮ ਪਿੰਡ ਤੋਂ ਨਿਕਲਿਆ ਸੀ ਆਪਣੇ ਅੱਜ ਉਹ ਇਹ ਵੀ ਸਟਾਰ ਤੱਕ ਪਹੁੰਚ ਗਿਆ ਸਿਰਫ ਇੱਕ ਚੀਜ਼ ਕਰਕੇ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਹਾਰ ਨਹੀਂ ਮੰਨੀ ਮੇਰੀ ਫੈਮਿਲੀ ਮੇਰਾ ਬ੍ਰਦਰ ਮਾਈ ਮਾਈ ਵਾਈਫ ਜਦੋਂ ਮੇਰੀ ਵਾਈਫ ਆ ਗਈ ਉਸ ਤੋਂ ਪਹਿਲਾਂ ਮੇਰੇ ਤਿੰਨ ਮਤਲਬ ਸਪੋਰਟਰ ਸੀ ਹੁਣ ਮੇਰੇ ਚਾਰ ਸਪੋਰਟਰ ਹੋ ਗਏ ਗੱਡੀ ਦੇ ਚਾਰ ਟਾਇਰ ਪੂਰੇ ਹੋ ਗਏ ਚਾਰਾਂ ਦਾ ਲੱਖ ਜਦੋਂ ਮੇਰੇ ਨਾਲ ਜੁੜ ਗਿਆ ਤੇ ਬਾਬੇ ਦੀ ਕਿਰਪਾ ਨਾਲ ਤੇ ਮੇਰੀ ਮਿਹਨਤ ਨਾਲ ਤੇ ਤੁਸੀ ਤੁਹਾਡੇ ਸਾਰਿਆਂ ਦੀ ਸਪੋਰਟ ਨਾਲ ਅੱਜ ਸੁਖ ਨਾਲ ਪੂਰੇ ਪੰਜਾਬ ਦੇ ਵਿੱਚ 100 ਪਲੱਸ ਐਪੀਸੋਡਸ ਐਸੇ ਡਾਇਰੈਕਟਰ ਮੈਂ ਡਾਇਰੈਕਟ ਕਰ ਚੁੱਕਿਆ ਹਾਂ ਵੱਡੇ ਟੀਵੀ ਚੈਨਲ ਲਈ ਉਸ ਤੋਂ ਬਾਅਦ ਜਿਹੜੇ ਮੈਂ ਵਾਕ ਦੀ ਪ੍ਰੈਕਟਿਸ ਕਰਦਾ ਸੀ ਪੂਰੇ ਲਾਕਡਾਊਨ ਦੇ ਵਿੱਚ 50 ਪਲੱਸ ਡਿਜ਼ਾਈਨਰਸ ਲਈ ਐਜ਼ ਅ ਸ਼ਾਟ ਸਟਾਪਰ ਵਾਕ ਕਰ ਚੁੱਕੇ ਹਾਂ ਜਿਨ੍ਹਾਂ ਵਿੱਚ ਬਾਲੀਵੁੱਡ ਡਿਜ਼ਾਈਨਰਸ ਵੀ ਆਂਦੇ ਨੇ ਤੇ 100 ਪਲੱਸ ਡਿਜ਼ਾਈਨਰ ਲਈ ਐਜ਼ ਅ ਨੋਰਮਲ ਵਾਕ ਕਰ ਚੁੱਕੇ ਹਾਂ ਜਿਹੜੀ ਲਾਈਨ ਤੇ ਮੈਂ ਤੁਰਿਆ ਸੀ ਕਿ ਕਿਸੇ ਬੱਚੇ ਨਾਲ ਮੈਂ ਬੁਰਾ ਨਹੀਂ ਹੋਣ ਦਊਗਾ 100 ਤੋਂ ਜ਼ਿਆਦਾ ਬਿਊਟੀ ਪੀਜੈਂਟਸ ਮਿਸਟਰ ਐਂਡ ਮਿਸ ਇੰਡੀਆ ਮਿਸਟਰ ਮਿਸ ਐਲੀਗੈਂਟ ਮਿਸਟਰ ਮਿਸ ਪੰਜਾਬ ਐਜ਼ ਅ ਜੱਜ ਮੈਂ ਜੱਜ ਕਰ ਚੁੱਕੇ ਹਾਂ ਜਦੋਂ ਮੈਂ ਜੱਜਮੈਂਟ ਤੇ ਆ ਗਿਆ ਜਦੋਂ ਮੈਂ ਜੱਜਿਸ ਮਤਲਬ ਸ਼ੋਜ਼ ਨੂੰ ਜੱਜ ਕਰਨ ਲੱਗ ਗਿਆ ਮੈਂ 30 40 ਸ਼ੋਜ਼ ਜੱਜ ਕਰ ਚੁੱਕਿਆ ਸੀਗਾ ਇੱਕ ਲੁਧਿਆਣਾ ਸ਼ਹਿਰ ਦੇ ਵਿੱਚ ਸ਼ੋ ਹੋਇਆ ਉੱਥੇ ਮੇਰੇ ਕੰਨ 'ਚ ਇੱਕ ਆਵਾਜ਼ ਆਂਦੀ ਹੈ ਕਿ ਭਾਈ 17 ਨੰਬਰ ਵਾਲਾ ਬੱਚਾ ਬੜਾ ਸੋਹਣਾ ਹੈ ਇਹਨੂੰ ਆਪਾਂ ਫਾਈਨਲੇ 'ਚ ਲੈ ਜਾਂਦੇ ਹਾਂ ਤੇ ਮੈਂ ਉਹਨੂੰ ਪੁੱਛਿਆ ਕਿ ਇਹਦਾ ਕੋਈ ਰੀਜ਼ਨ ਹੈ ਕਿ ਮੈਂ ਕੀ ਜਸਟੀਫਾਈ ਕਰੂੰਗਾ ਜਦੋਂ ਮੈਂ ਸਟੇਜ ਦੇ ਉੱਪਰ ਜਾ ਕੇ ਰਿਜ਼ਲਟ ਅਨਾਉਂਸ ਕਰੂੰਗਾ ਮੈਂ ਕੀ ਕਹੂੰਗਾ ਉਹਨੂੰ ਕਿ ਕਿਉਂ ਲਿੱਤਾ ਮੈਨੂੰ ਕਹਿੰਦਾ ਭਾਈ ਇਹਦੇ ਫਾਦਰ ਨੇ ਨਾ 21000 ਰੁਪਏ ਦਿੱਤਾ ਹੈ ਤੇ ਮੈਂ ਉਹਨੂੰ ਕਿਹਾ ਸੀ ਕਿ ਭਾਈ ਤੁਸੀਂ ਇਹ ਕੰਮ ਕਰੋ ਮੈਨੂੰ ਤਾਂ ਨਾ ਏ ਮਿਸਟਰ ਐਂਡ ਮਿਸ ਜੂਨੀਅਰ ਕਿਡਸ ਨਾ ਰੱਖੋ ਇਹਨੂੰ ਮਿਸਟਰ ਐਂਡ ਮਿਸ ਰਿਚ ਫਾਦਰ ਰੱਖੋ ਜਿਹਦੇ ਫਾਦਰ ਕੋਲ ਜਿਆਦਾ ਪੈਸੇ ਹੋਣਗੇ ਉਹਦਾ ਬੱਚਾ ਜਿੱਤ ਜਾਏਗਾ ਕੰਪੀਟੀਸ਼ਨ ਦੀ ਲੋੜ ਹੀ ਨਹੀਂ ਐ ਸਾਡੀ ਲੋੜ ਹੀ ਨਹੀਂ ਐ ਤੁਸੀਂ ਬੈਂਕ ਬੈਲੈਂਸ ਚੈੱਕ ਕਰੋ ਬਸ ਫਾਦਰਾਂ ਦੇ ਤੇ ਸਭ ਤੋਂ ਵੱਡੀ ਗੱਲ ਜਿਹੜੇ ਫਾਦਰ ਨੇ ਉਹ ਆਪਣੇ ਬੱਚੇ ਦਾ ਕਰੀਅਰ ਵੇਸਟ ਕਰ ਰਹੇ ਨੇ ਖਤਮ ਕਰ ਰਹੇ ਨੇ ਡਿਸਟਰੋਏ ਕਰ ਰਹੇ ਨੇ ਅੱਜ ਜੇ ਤੁਸੀਂ ਆਪਣੇ ਬੱਚੇ ਨੂੰ ਪੈਸੇ ਦੇ ਕੇ ਜਿਤਾ ਰਹੇ ਹੋ ਕੱਲ ਜ਼ਿੰਦਗੀ ਦੇ ਵਿੱਚ ਕਦੀ ਸাকਸੈਸਫੁਲ ਨਹੀਂ ਹੋਣਾ ਉਹ ਬੱਚੇ ਨੇ ਤੇ ਜਿਹੜੇ ਵੀ ਜਿੰਨੇ ਵੀ ਫਾਦਰ ਇਹ ਵੀਡੀਓ ਦੇਖ ਰਹੇ ਨੇ ਬੱਚੇ ਨੂੰ ਅੱਗੇ ਗਰੋ ਕਰਾਉਣਾ ਚਾਹੁੰਦੇ ਉਹਨੂੰ ਨ ਤੋੜਾ ਟਾਰਗੇਟ ਕਲੀਅਰ ਹੈ ਜੇਕਰ ਤੁਹਾਡਾ ਟਾਰਗੇਟ ਕਲੀਅਰ ਨਹੀਂ ਹੈ ਤਾਂ ਤੁਸੀਂ ਟੈਂਪਲ ਰਨ ਦੀ ਗੇਮ ਵਾਂਗੂ ਭੱਜੀ ਜਾਓਗੇ ਭੱਜੀ ਜਾਓਗੇ ਭੱਜੀ ਜਾਓਗੇ ਤੁਹਾਨੂੰ ਕੋਈ ਰਸਤਾ ਨਹੀਂ ਮਿਲਣਾ ਟੈਂਪਲ ਰਨ ਜਿੰਨਾ ਮਰਜੀ ਕਰ ਲਓ ਉਹਨੇ ਕਦੀ ਖਤਮ ਨਹੀਂ ਹੋਣਾ ਤੁਹਾਡੇ ਪਿੱਛੇ ਇੱਕ ਬੰਦਾ ਲੱਗਿਆ ਹੋਇਆ ਹੈ ਉਹ ਹੈ ਵਕਤ ਜਿਹੜਾ ਟੈਂਪਲ ਰਨ ਦੇ ਪਿੱਛੇ ਸਾਡੇ ਪਿੱਛੇ ਲੱਗਿਆ ਹੋਣਾ ਇੱਕ ਰਾਖਸ਼ ਉਹ ਸਾਡੀ ਰੀਅਲ ਲਾਈਫ ਦੇ ਵਿੱਚ ਵਕਤ ਹੈ ਤੁਸੀਂ ਭੱਜੀ ਜਾਓ ਭੱਜੀ ਜਾਓ ਵਕਤ ਤੁਹਾਡਾ ਪਿੱਛਾ ਕਰ ਰਿਹਾ ਹੈ ਇੱਕ ਵਾਰੀ ਤੁਸੀਂ ਜਾਓਗੇ ਖੱਡੇ ਤੇ ਗਿਰ ਜਾਓਗੇ ਜਿੰਨਾ ਤੇ ਮਰਨਾ ਸਾਡੇ ਹੱਥ ਨਹੀਂ ਹੈ ਲੇਕਿਨ ਜਿਹੜੀ ਜਰਨੀ ਸਾਡੇ ਹੱਥੇ ਹੈ ਉਹਨੂੰ ਵਧੀਆ ਕਰ ਲਓ